ਅਸਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਨੇ ਜਨਾਬ ਤੁਸੀਂ ਵੇਖਦੇ ਹੋ ਪਰ ਅਰਸ਼ਦ ਅਲੀ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਇਆ ਤੇ ਜਿਵੇਂ ਕਿ ਜਨਾਬ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਜਨਾਬ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਨਵੀਤ ਨਵੀਂ ਵੀਡੀਓ ਲੈ ਕੇ ਆਵਾਂ ਤੇ ਜਨਾਬ ਇੱਕ ਕਾਲੀ ਮਾਈ ਦੀ ਵੀਡੀਓ ਲੈ ਕੇ ਆਇਆ ਆ ਕੈਮਰਾਮੈਨ ਸਾਹਿਬ ਮਾਈ ਦੀ ਕਰਾਓ ਤਸੱਲੀ ਇਹ ਮੱਝ ਜਨਾਬ ਤਾਜ਼ੀ ਸੋਈ ਹੈ ਬਾਕੀ ਕਿੰਨਾ ਵੇ ਸਵੇਰ ਸੋਈ ਹੈ ਇਹ ਵੀ ਸਾਰੀ ਗੱਲ ਕਰਾਂਗੇ ਮਾਲਕ ਨਾਲ ਲੈਣ ਦੇਣੇ ਜਨਾਬ ਮੁਕੱਦਰ ਨੇ ਅਰਸ਼ਦ ਅਲੀ ਟੀਵੀ ਚੈਨਲ ਜਨਾਬ ਤੁਹਾਨੂੰ ਨੀਲੀ ਬਾੜ ਦੇ ਬ੍ਰੈਂਡ ਵਖਾਂ ਦਾ ਔਰ ਸਫਰ ਕਰਕੇ ਜਨਾਬ ਤੁਹਾਡੇ ਉਹ ਸਾਹਬ ਕਿਤਾਬ ਹੈ ਇਹ ਸਾਰੀ ਗੱਲ ਆਪਾਂ ਮਾਲਕ ਨਾਲ ਕਰਾਂਗੇ ਤੈਨੂੰ ਸਵਾਰ ਕੇ ਤਸल्ली ਨਾਲ ਚਾਰਚ ਫੇਰੋ ਕੈਮਰਾਮੈਨ ਸਭ ਖਾਣਾ ਕਿਉਂਕਿ ਜੱਟ ਲੋਕ ਬੰਦੇ ਆਪਣੇ ਨਾਲ ਜ਼ਿਆਦਾ ਜੁੜੇ ਹੁੰਦੇ ਨੇ ਉਹਨਾਂ ਨੂੰ ਫਿਰ ਇਹ ਸਮਝ ਆਏਗੀ ਵੀ ਇਹ ਮੱਝ ਦਾ ਕੀ ਸਾਹਬ ਕਿਤਾਬ ਹੈ ਕੀ ਨਹੀਂ ਹੈ ਮੈਂ ਕਰ ਲੈਣਾ ਮਾਲਕ ਨਾਲ ਗੱਲਾਂ ਤੇ ਤੁਸੀਂ ਇਹਨੂੰ ਜਿਹੜਾ ਵਿਖਾਓ ਅਸਲਾਮੁਅਲੈਕਮ ਪਾਜੀ ਜੀ ਵੈਲਕਮ ਸਾਮ ਜੀ ਲੋ ਪਾਜੀ ਗੱਲ ਇਹ ਵੀ ਆ ਮੱਝ ਆਪਣੀ ਕੈਮਰਾ ਵਾਲਾ ਵਿਖਾਉਂਦਾ ਫਿਰਦਾ ਜਨਾਬ ਤੁਸੀਂ ਦੱਸਣਾ ਵੀ ਇਹ ਮੱਝ ਕਿੰਨਾ ਸੁਆ ਸੂਈ ਹੈ ਮਗਰ ਇਹਦੇ ਕੀ ਹੈ ਤੇ ਕਿੰਨਾ ਦੁੱਧ ਕਰਦੀ ਪਈ ਇਹ ਜੀ ਦੂਸਰਾ ਸੁਆ ਸੂਈ ਥੱਲੇ ਦੇ ਕੱਟੀ ਹੈ ਤੇ ਸੂਈ ਨੂੰ ਠੀਕ ਹੋ ਗਿਆ ਜੀ 14 15 ਦਿਨ ਹੋ ਗਏ ਸੂਈ ਨੂੰ ਥੱਲੇ ਦੇ ਕੱਟੀਏ ਤੇ ਇਹ ਦੱਸੋ ਵੀ ਇਹ ਦੁੱਧ ਦੇ ਡੇਟ ਕਿੰਨਾ ਦੁੱਧ ਹਾਦਰ ਵਕਤ ਦੀ ਕਰਦੀ ਵੀ ਬੱਚੇ ਨੂੰ ਛਾੜ ਕੇ 12 ਲੀਟਰ ਅੱਛਾ 12 ਲੀਟਰ ਦੁੱਧ ਕਰਦੀ ਵੀ ਇਹ ਹਾਦਰ ਵਕਤ ਬੱਚੇ ਨੂੰ ਕਿੰਨੇ ਥਣ ਛਾੜ ਕੇ ਬੱਚੇ ਨੂੰ ਅਗਲੇ ਦੋ ਥਣ ਛਾੜ ਕੇ ਜੀ ਪਿਛਲੇ ਦੋ ਥਣ ਅਸੀਂ ਚੋਨੇ ਠੀਕ ਹੋ ਯਾਨੀ ਕਿ ਅਗਲੇ ਦੋ ਥਣ ਛਾੜ ਕੇ ਪਿਛਲੇ ਦੋ ਥਲਾਂ ਤੁਸੀਂ ਕਹਿੰਦੇ ਪਹਿਲੇ 12 ਲੀਟਰ ਹਾਂ ਜੀ ਪਿਛਲੇ ਦੋ ਥਣ ਅਗਲੇ ਨਾ ਅਸੀਂ ਕਹਦੇ ਹੱਥ ਨਹੀਂ ਲਾਇਆ ਠੀਕ ਹੋ ਗਿਆ ਜੀ ਅਗਲੀ ਮੱਝ ਦੀ ਜਿਹੜੀ ਕੱਟੀ ਚੈੱਕ ਕਰੋ 15 ਦਿਨਾਂ ਦੀ ਮ ਕੱਟੀ ਮਾਜ ਨੇ ਬੜੀ ਦਿੱਤੀ ਹੈ ਸ਼ਹਿਜ਼ਾਦੀ ਦੀ ਮਾਜ ਵੀ ਪਿਓਰ ਨੀਲੀ ਦੇ ਆਦੇ ਕੈਮਰਾ ਨਾਲ ਚੈੱਕ ਕਰਾਵੇ ਧੁੰਨੀ ਕੋੜੀ ਮਾਜ ਦੀ ਨਹੀਂ ਹੈਗੀ ਸਮਝ ਆਈ ਜੇ ਪਿੱਛੇ ਖੁੱਡੇ ਤੇ ਲਾਵੇ ਖੁੱਡਾ ਪੁੱਠਾ ਮਾਜ ਦਾ ਚੈੱਕ ਕਰਾਵੇ ਇੱਕ ਘੱਡੀ ਦੀ ਮਾਜ ਹੈ ਥੋੜੀ ਜਿਹੀ ਹੈ ਬਾਰੀਕ ਮਾਜ ਓਏ ਅੱਛੇ ਚੰਗੀ ਬਹੁਤ ਹੈ ਠੀਕ ਹੋ ਗਿਆ ਜੀ ਤੇ ਇਹ ਮਾਜ ਆਪਣਾ ਨੀਲੀ ਬਾਹਰ ਦੀ ਹੈ ਨੀਲੀ ਬਾਹਰ ਦੀ ਨੀਲੀ ਬਾਹਰ ਦੀ ਐ ਵੇਖੋ ਨਿਸ਼ਾਨੀਆਂ ਨੇ ਮਾਜ ਨੀਲੀ ਬਾਹਰ ਤੇ ਬਾਰੀਕ ਪਤਲੀ ਮਾਜ ਹੈ ਨਾ ਧੁੰਨੀ ਨਾ ਮਾਜ ਦੀ ਨਾ ਕੋੜੀ ਹੈ ਖੁੱਡਾ ਪੁੱਠਾ ਚੈੱਕ ਕਰਾ ਕੈਮਰੇ ਨਾਲ ਥੱਲੋ ਧੁੰਨੀ ਦਾ ਨਿਸ਼ਾਨ ਵਿਖਾਵੇ ਮ ਸਮਝ ਆਈ ਜੇ ਨਾ ਨੀਲੀ ਬਾਹਰ ਦੀ ਜਿਹੜੀ ਭਾਜੀ ਮੱਝ ਹੁੰਦੀ ਦੁੱਧ ਕਿੰਨਾ ਚਿਰ ਕਰਦੇ ਰਹਿੰਦੀ ਦੁੱਧ ਪੂਰਾ ਸਾਲ ਕਰਦੀਆਂ ਨੇ ਜੱਲਾ ਦੇ ਹੁਕਮ ਨਾਲ ਆਹ ਦੇ ਸ਼ੌਕ ਤੁ ਜਿੰਨੇ ਛੱਡਣੀ ਹੈ ਜਿੱਲੇ ਨਵੇਂ ਦੁੱਧ ਹੁੰਦੀਆਂ ਨੂੰ ਲੈ ਫਿਰ ਛੱਡ ਦੇ ਉਹਨਾਂ ਦੀ ਇੱਕ ਵੱਖਰੀ ਗੱਲ ਹੈ ਪੂਰਾ ਸਾਲ ਮਿਲਦੀਆਂ ਨੇ ਠੀਕ ਹੋ ਗਿਆ 8 ਮਹੀਨੇ ਦਾ 8 ਤੋਂ 9 ਮਹੀਨੇ ਦੁੱਧ ਜਿਹੜਾ ਦੇਂਦੀਆਂ ਨੇ ਨਾ ਸਟਾਰਟਿੰਗ ਤੋਂ ਜਿਹੜਾ ਮੱਝ ਦਿੰਦੀ ਪੀ ਇਹਦੇ ਜਜ਼ਾਫਾ ਹੋ ਸਕਦਾ ਘਟਦੀ ਨਹੀਂ ਠੀਕ ਹੋ ਗਿਆ ਜੀ ਤੇ ਇਹ ਦੱਸੋ ਵੀ ਆਪਣਾ ਥਣ ਛੱਡੇ ਦੀ ਗਾਰੰਟੀ ਹੁੰਦੀ ਆ ਥਣ ਛੱਡੇ ਦੀ ਗਾਰੰਟੀ ਇਹਦੇ ਕੋਈ ਥਣਾਂ ਦਾ ਵਾਅਦਾ ਘਾਟਾ ਹੋਵੇ ਤਾਂ ਆਪਣੀ ਜ਼ ਕੋਈ ਬੰਦਾ ਇੱਥੇ ਆ ਤੇ ਚੋਵੇ ਜਿਹੜਾ ਦੁੱਧ ਦੱਸੇ ਉਹਦੇ ਵਾਧਾ ਘਾਟ ਹੋਵੇ ਤਾਂ ਵੀ ਜ਼ਿੰਮੇਵਾਰੀ ਹੋਵੇਦੀ ਅਗਰ ਥਣਾ ਦਾ ਕੋਈ ਏਅਰ ਫੇਰ ਹੋਵੇ ਮੈਂ ਪੌਣੀ ਛੋਣੀ ਹੋਵੇ ਫਿਰ ਵੀ ਆਪਣੀ ਜ਼ਿੰਮੇਵਾਰੀ ਚੋਵਣ ਚੰਗੀ ਨਾ ਹੋਵੇ ਪਸਮਾ ਚੰਗਾ ਨਾ ਹੋਵੇ ਉਹ ਆਪਣੀ ਜ਼ਿੰਮੇਵਾਰੀ ਹੋਵੇਦੀ ਤੇ ਕਿ ਸੁਵਾ ਕਿੰਨਾ ਦੱਸਿਆ ਜੀ ਦੂਸਰਾ ਜੀ ਦੂਸਰਾ ਅੱਛਾ ਦੂਜਾ ਸੁਬਾ ਸੋਈ ਹੈ ਮੱਝ ਜਨਾਬ ਪਿਓ ਨੀਲੀ ਬਾਹਰ ਦੀ ਹੈ ਤੇ ਕੈਲੀ ਮੱਝ ਹੈ ਜਨਾਬ ਬਾਕੀ ਦੀ ਜੋ ਹਿਸਾਬ ਕਿਤਾਬ ਹੈ ਤੁਹਾਨੂੰ ਮਾਲਕ ਤੋਂ ਲੈ ਕੇ ਦਿੱਤੀ ਹੈ 12 ਲੀਟਰ ਦੋ ਥਣਾਂ ਦੇ ਵਿੱਚ ਦੁੱਧ ਕਰਦੀ ਪੀ ਪਿਛਲਿਆਂ ਦੇ ਵਿੱਚ ਮਗਰ ਇਹਦੇ ਕੱਟੀ ਹੈ ਜਨਾਬ ਨੰਬਰ ਹੁੰਦਾ 0372927280327293 2728 ਤੇ ਭਾਜੀ ਗੱਲ ਇਹ ਵੀ ਇਸ ਮੱਝ ਦੇ ਫਾਈਨਲ ਜੇ ਪੈਸੇ ਦੱਸਣੇ ਜੇ ਮੱਝ ਦਾ ਫਾਈਨਲ ਜੇ 3 ਲੱਖ ਤੇ 15 ਹਜ਼ਾਰ ਰੁਪਇਆ 3 ਲੱਖ 15 ਹਜ਼ਾਰ ਰੁਪਇਆ ਤੇ ਇਹਦੇ ਵਿੱਚ ਕੋ ਪਿਆਰ ਮੁਹੱਬਤ ਵੀ ਕਰੋਗੇ ਫਾਈਨਲ ਆਪਾ ਪੂਰੇ 3 ਦੀ ਦੇ ਦੇ ਸਾਂ 15 ਹਜ਼ਾਰ ਰੁਪਇਆ ਪਿਆਰ ਮੁਹੱਬਤ ਹੀ ਹੋ ਗਿਆ अच्छा पूरे 3 लाख दी ਤੁਸੀਂ پورے 3 लाख दी ठीक हो गया ਇਹਦੇ ਵਿੱਚ ਵੀ جناب ਕੋਈ ਬਾ ਬਾ ਮਾੜਾ ਮੋਟਾ ਪਿਆਰ ਕਰਾਵਾਂਗੇ 3 ਲੱਖ ਤੇ 15000 ਰੁਪਇਆ ਵਿੱਚ ਪਿਆਰ ਮੁਹabbat پورے 3 ਲੱਖ ਦੀ ਮੱਝ ਮਾਲਕਾਂ ਦਾ ਦੇਵਾਂਗਾ ਮਾਰੀ ਜੀ ਕੋਈ ਮਜ਼ੀਦ ਜਿਹੜੀ ਆਪਣਾ ਕੋਈ ਗਜਾਇਸ ਉਹ ਵੀ ਕਢਵਾਵਾਂਗਾ ਨੰਬਰ ਆਦਾ ਮੈਂ ਦੱਸਤਾ ਤੇ ਉਮੀਦ ਕਰਾਂਗਾ جناب ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਮਿਲਾਂਗੇ جناب ਅਗਲੀ ਨਵੀਂ ਵੀਡੀਓ ਦੇ ਵਿੱਚ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ